गफल सोया
ਜੀ ਛੁੱਟਿਆ ਜਬ ਦੇਹਤੇ ਜੀਉ ਛੁੱਟਿਆ ਜਬ ਦੇਹਤੇ ਡਾਰ ਅਗਨ ਮੈਂ ਅਗਨ ਮੈਂ ਦਿਨਾ ਜਾਗ ਲਿਆ ਜਾਗ ਲਿਆ ਜਾਗ ਲਿਆ ਰੇ ਬਣਾ ਜਾਗ ਲਿਓ ਰੇ ਮਨਾ ਜਾਗ ਲਿਓ ਜਾਗ ਲਿਓ ਕਹਾਂ ਗਫਲ ਸੋਇਆ ਜੀਵਤ ਲਾ ਵਿਹਾਰ ਹੈ ਜਗ ਕੋ ਤੁਮ ਜਾਨੋ ਜਗ ਕੋ ਤੁਮ ਜਾਨੋ
ਨਾਨਕ ਹਰ ਗੁਣ ਗਾਏ ਲੈ ਸਭ ਸੁਪਨੇ ਸਮਾਨਾ ਸਭ ਸੁਪਨ ਸੁਮਾਨਾ ਉੱਠ ਫਰੀਦਾ
यू साज जागली हो कभी सोता क्या करे बैठा रहो अर जाग जाते संगते बिछरा ताही के संग लाग सुता क्या करे कबीर सुता क्या करे उठ के ना जपे मुरार उठ के ना जपे मुरार एक दिन सोवन होएगा एक दिन सोवन होएगा लंबे गोंड पसार जाग ले हो क्या तू सोया जाग एआरा क्या तू सोया जाग एआरा जग सच कर जाना क्या सोवे नाम विसार क्या सोवे नाम विसार गफल गलिया क्या सोवे नाम विसार गफल गलिया कितीत दरियाए वंजन वेंदिया संग चलत है जागली हो रे मना जागले हो संग चलते हम भी चलना किथे तेंदे मापिया ते मापिया जिन्नी तू जने ओ संग चलत है
जागले हो रे मन जागले हो का गाफिल सोया गुरु तेग बहादुर पातशाह जिंदा अज दा लड़ीवार शब्द इंदे विच कुछ ऐसे मोड़ ने जिन्हां नूं बड़ी बरीकी नाल समझना है। मैं ते कई बार हैरान हुन्ना गुरबाणी कोई तुकबंदी काव्य रचना ही नहीं काव्य रचना ही नहीं। अजीब गल है अनजान दसम बचित्र नाटक दे लिखारी ने थां थां कव्यो वाच लिख दिता ते अर्थ भी करन वाले आखन लग पे ए कवि दी रचना है ते कवि कौन सी गुरु गोबिंद सिंह साहब कहन लग पे। पर मैं हैरान हुन्ना श्री गुरु ग्रंथ साहिब दी रचना जिहड़ी है उहदे विच गुरु ने ਇਹ ਲਫਜ਼ ਵਰਤੇ ਹਉ ਆਪੋ ਬੋਲ ਨਾ ਜਾਣਦਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਇਹ ਧੁਰ ਕੀ ਬਾਣੀ ਆਈ ਕਿਸੇ ਕਵੀ ਦੀ ਨਹੀਂ ਕਾਵਿ ਰਚਨਾ ਨਹੀਂ ਕਿਉਂਕਿ ਤੁਕਬੰਦੀ ਹੀ ਨਹੀਂ ਇਹਦੇ ਵਿੱਚ ਬੜੀ ਬਾਰੀਕੀ ਹੈ। ਇੱਕ ਇੱਕ ਲਫਜ਼ ਨੂੰ ਜਦੋਂ ਮੈਂ ਖੋਜ ਵਿੱਚ ਨੇੜੇ ਹੋ ਕੇ ਦੇਖਣਾ ਤੇ ਹੈਰਾਨ ਹੋ ਜਾਣਾ ਇਹਦੇ ਵਿੱਚ ਪਹਿਲਾਂ ਇਹ ਆਖਿਆ ਨੇ ਕਿ ਦੇਖ ਲੈ ਜਿਨ੍ਹਾਂ ਨੂੰ ਤੂੰ ਆਪਣਾ ਸਮਝਿਆ ਉਹ ਕਿੰਨੇ ਕੁ ਤੇਰੇ ਆਪਣੇ ਨਿਕਲੇ ਨੇ ਜਾਗ ਕਿਉਂਕਿ ਸੁੱਤੇ ਮਨੁੱਖ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕੌਣ ਮੇਰਾ ਆਪਣਾ ਹੈ ਕੌਣ ਬੇਗਾਨਾ ਹੈ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਉਹ ਸੁਪਨਾ ਹੀ ਦੇਖ ਸਕਦਾ ਜਿਹੜਾ ਉਹਦੇ ਆਪਣੇ ਹੱਥ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਕਹਿੰਦੇ ਸੁਪਨੇ ਜਿਉਂ ਨਿਸ ਭੁੱਲੀਏ ਸੁਪਨੇ ਜਿਉਂ ਨਿਸ ਭੁੱਲੀਏ ਜਬ ਲਗ ਨਿੰਦਰਾ ਹੋਏ ਜਦੋਂ ਤੱਕ ਨੀਂਦ ਆਈ ਹੋਵੇ ਨਾ ਤੇ ਉਸ ਨੀਂਦ ਵਿੱਚ ਸੁਪਨਾ ਹੀ ਆ ਸਕਦਾ ਹੈ ਹੋਰ ਕੋਈ ਕੰਮ ਨਹੀਂ ਹੋ ਸਕਦਾ। ਹਾਂ ਸੁਪਨੇ ਵਿੱਚ ਕੁਝ ਕੰਮ ਹੋ ਸਕਦੇ ਨੇ ਜਿਹੜੇ ਤੇਰੇ ਆਪਣੇ ਵੱਸ ਨਹੀਂ ਪਰ ਤੈਨੂੰ ਉਦੋਂ ਸੁਪਨਾ ਦੇਖਦਿਆਂ ਇਹ ਵੀ ਭੁੱਲ ਜਾਂਦਾ ਹੈ ਕਿ ਰਾਤ ਪਈ ਹੋਈ ਹੈ ਨਿਸ ਭੁੱਲੀ ਹੈ ਰਾਤ ਵੀ ਭੁੱਲ ਜਾਂਦੀ ਹੈ ਜਬ ਲਗ ਨਿੰਦਰਾ ਹੋਏ।
ਗੁਰਮਤ ਹੋਏ ਵਿਚਾਰੀਏ, ਸੁਪਨਾ ਇਹ ਜਗ ਲੋਏ। ਹਾਂ, ਜੇ ਗੁਰਮਤ ਮਿਲ ਜਾਏ ਤਾਂ ਉਹਦੇ ਵਿੱਚ ਪਤਾ ਲੱਗ ਜਾਂਦਾ ਵੀ ਮੈਂ ਜੋ ਕੁਝ ਦੇਖ ਰਿਹਾ ਕਰ ਰਿਹਾ ਇਹ ਇੱਕ ਸੁਪਨਾ ਹੈ। ਪਰ ਉਹ ਗੁਰਮਤ ਕੀ ਹੈ? ਉਹ ਗੁਰਮਤ ਹੈ ਜਗਾਉਣਾ। ਗੁਰਮਤ ਦਾ ਕੰਮ ਹੈ ਜਗਾਉਣਾ। ਸੋ ਜਾਗੇ ਜਗਾਵੇ ਸੋਈ, ਗੁਰਮਤ ਦਾ ਕੰਮ ਹੈ ਜਗ। ਜਦੋਂ ਜਾਗ ਪਵੇਗਾ ਸੁਪਨਾ ਟੁੱਟ ਜਾਣਾ। ਤੇ ਗੁਰੂ ਨੇ ਇਸ ਸੁਪਨੇ ਦੇ ਟੁੱਟਣ ਤੋਂ ਪਹਿਲਾਂ ਦੇ ਹਾਲਾਤ ਪਹਿਲੀਆਂ ਤਿੰਨ ਲਾਈਨਾਂ ਵਿੱਚ ਆਖੇ। ਕਹਿਣ ਲੱਗੇ, ਜਾਗਲੇ ਹੋ ਰੇ ਮਨਾ, ਜਾਗਲੇ ਹੋ ਕਹਾਂ ਗਾਫਲ ਸੋਇਆ। ਤਾਂ ਸੁਪਨਾ ਦੇਖ ਰਿਹਾ, ਦੇਖ। ਜਿਹੜਾ ਤਨ ਤੇਰੇ ਨਾਲ ਪੈਦਾ ਹੋਇਆ ਜਦੋਂ ਤੂੰ ਆਇਆ, ਉਦੋਂ ਤਨ ਤਾਂ ਤੇ ਨਾਲ ਹੀ ਲੈ ਕੇ ਆਇਆ ਨਾ। ਤੇਰੇ ਜੀਵਨ ਕਾਲ ਵਿੱਚ ਤਨ ਤੇਰੇ ਨਾਲ ਉਹਨੂੰ ਵਿਛੜਿਆ। ਭਰਾ ਵਿਛੜ ਗਏ, ਮਾਤਾ ਪਿਤਾ ਵਿਛੜ ਗਏ, ਪਤਨੀ ਜਿਸਨੂੰ ਜੀਵਨ ਸਾਥੀ ਆਖਿਆ ਉਹ ਵੀ ਰੋ ਹਰ ਵਕਤ ਨਾਲ ਨਹੀਂ ਰਹੀ। ਤਨ ਜਿੱਥੇ ਤੂੰ ਗਿਆ ਉੱਥੇ ਨਾਲ ਗਿਆ। ਇੱਕ ਸਰੀਰ ਹੈ ਕਾਇਆ, ਜਿੱਥੇ ਵੀ ਜਾਂਦਾ ਨਾਲ ਜਾਂਦੀ ਹੈ। ਜੋ ਤਨ ਉਪਜਿਆ ਸੰਗ ਹੀ ਨਾਲ ਹੀ ਪੈਦਾ ਹੋਇਆ, ਨਾਲ ਹੀ ਸਾਰੀ ਜ਼ਿੰਦਗੀ ਵਰਿਆਂ ਨਾਲ ਰਿਹਾ। ਪਰ ਜਦੋਂ ਤੂੰ ਜੀਉ ਛੁੱਟਿਆ, ਜੀਉ ਨਹੀਂ ਰਿਹਾ, ਉਦੋਂ ਇਹ ਤਨ ਵੀ ਨਾਲ ਨਹੀਂ ਗਿਆ। ਜਦੋਂ ਆਖਰੀ ਮੰਜ਼ਿਲ ਵੱਲ ਤੂੰ ਵਧਿਆ, ਆਪਣੇ ਘਰ ਜਾਣ ਲੱਗਾ ਜਿੱਥੋਂ ਆਇਆ ਸੀ, ਉਦੋਂ ਇਸ ਤਨ ਨੇ ਵੀ ਜਵਾਬ ਦੇ ਦਿੱਤਾ, ਮੈਂ ਤੇਰੇ ਨਾਲ ਨਹੀਂ ਜਾਣਾ, ਮੈਂ ਤੇਰੇ ਨਾਲ ਨਹੀਂ ਜਾਣਾ। ਸਤਿਗੁਰ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆ ਹੀ ਛੱਡ ਜਾਏ। ਜੀਉ ਨੇ ਵੀ ਇਹਨੂੰ ਪਈ ਨੂੰ ਛੱਡ ਦਿੱਤਾ, ਕੋਈ ਪ੍ਰੀਤ ਨਹੀਂ। ਤੇ ਕਹਿੰਦੇ ਨੇ, ਇਸ ਨੂੰ ਕੂੜ ਬੋਲ ਬੋਲ ਖਵਾਲੀਏ, ਚਲਦਿਆਂ ਨਾਲ ਨਾ ਜਾਏ। ਦਿਨ ਰਾਤ ਠੱਗੀਆਂ ਚੋਰੀਆਂ ਰਾਹ ਮਾਰੀਆਂ ਕਰਕੇ ਜਾਇਜ਼ ਨਜਾਇਜ਼ ਧਨ ਕਮਾ ਕੇ ਇਸੇ ਕਾਇਆ ਨੂੰ ਪਾਲਦਾ ਰਿਹਾ। ਅਣਖ ਯਤਨ ਕਰ ਕਾਇਆ ਪਾਲੀ ਪਾਲਦਾ ਰਿਹਾ, ਇਸ ਨੂੰ ਸਜਾ ਸਜਾ ਰੱਖਦਾ ਰਿਹਾ, ਇਹਦੇ ਲਈ ਸੂਟ ਸਵਾਉਂਦਾ ਰਿਹਾ। ਜੀਵ ਨੂੰ ਤਾਂ ਸੂਟ ਦੀ ਲੋੜ ਹੀ ਕੋਈ ਨਹੀਂ, ਜੀਵ ਤਾਂ ਮੰਗਦਾ ਹੀ ਨਹੀਂ ਕਿ ਮੈਨੂੰ ਇਹੋ ਜਿਹਾ ਕੱਪੜਾ ਪਾਉਣ ਨੂੰ ਦਿਓ, ਤਾਂ ਨਹੀਂ ਮੰਗਦਾ। ਤੂੰ ਇਹਦੀ ਮਰਜ਼ੀ ਨਾਲ ਇਹਨੂੰ ਖੁਸ਼ ਕਰਨ ਲਈ ਸਾਰੀ ਜ਼ਿੰਦਗੀ ਲਾ ਦਿੱਤੀ, ਪਰ ਜਦੋਂ ਜੀਉ ਜਾਣ ਲੱਗਿਆ ਇਹ ਹੀ ਕਹਿੰਦੀ ਵੀ ਇੰਨੀ ਵਫਾਦਾਰੀ ਨਹੀਂ ਬਣਦੀ, ਸਾਰੀ ਉਮਰਾਂ ਤੇਰੇ ਨਾਲ ਰਹੀਆਂ, ਹੁਣ ਮੈਂ ਤੇਰੇ ਨਾਲ ਜਾਵਾਂਗੀ। ਕਾਇਆ ਨੇ ਵੀ ਜਵਾਬ ਦੇ ਦਿੱਤਾ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਕਹਿਣ ਲੱਗੇ, ਇਸ ਨੂੰ ਕੂੜ ਬੋਲ ਬੋਲ ਖਵਾਲੀਏ, ਚਲਦਿਆਂ ਨਾਲ ਨਾ ਜਾਏ, ਨਾਲ ਨਹੀਂ ਜਾਂਦੇ।
ਕਾਇਆ ਵੀ ਜਵਾਬ ਦੇ ਗਏ। ਫਿਰ ਕਹਿੰਦੇ ਨੇ ਜਿਹੜੇ ਮਾਤਾ ਪਿਤਾ ਤੈਨੂੰ ਗੱਲ ਨਾਲ ਲਾ ਲਾ ਕੇ ਆਪਣਾ ਆਪਣਾ ਆਖਦੇ ਸਨ, ਤੇਰੇ ਮੂੰਹ ਵਿੱਚ ਗ੍ਰਾਹੀਆਂ ਪਾਉਂਦੇ ਸਨ, ਤੈਨੂੰ ਪਾਲਦੇ ਸੰਭਾਲਦੇ ਸਨ, ਹੋਇਆ ਕੀ? ਜਦੋਂ ਜੀਉ ਵੱਖਰਾ ਹੋਇਆ, ਜਦੋਂ ਇਹ ਮਨੁੱਖ ਜਿਹਨੂੰ ਅਸੀਂ ਮੌਤ ਆਖਦੇ ਹਾਂ ਉਹਦੀ ਗ੍ਰਿਫਤ 'ਚ ਗਿਆ, ਉਹਨਾਂ ਹੀ ਲੋਕਾਂ ਨੇ ਤੈਨੂੰ, ਪੁੱਤਰਾਂ ਨੇ, ਭਰਾਵਾਂ ਨੇ, ਮਾਤਾ ਪਿਤਾ ਨੇ ਤੈਨੂੰ ਚੁੱਕ ਕੇ ਬਲਦੀ ਹੋਈ ਅੱਗ ਵਿੱਚ ਰੱਖ ਦਿੱਤਾ, ਕਿਸੇ ਨੇ ਲਿਹਾਜ਼ ਨਹੀਂ ਕੀਤਾ। ਅਨੇਕ ਯਤਨ ਕਰਕੇ ਆਇਆ ਪਾਲੀ ਮਰਤੀ ਬਾਰ ਅਗਨ ਸਿੰਘ ਜਾਨੇ, ਕਹਿਣ ਲੱਗੇ ਮਾਤ ਪਿਤਾ ਸੁੱਤ ਬੰਧ ਜਾਣ ਹਿੱਤ ਜਾਸਿਓ ਕੀਨਾ, ਹਿੱਤ ਕਹਿੰਦੇ ਨੇ ਪਿਆਰ, ਜਿਨ੍ਹਾਂ ਨਾਲ ਤੂੰ ਪਿਆਰ ਪਾਇਆ ਮਾਤਾ ਪਿਤਾ ਭੈਣਾਂ ਭਰਾਵਾਂ ਮਿੱਤਰਾਂ ਦੋਸਤਾਂ ਨਾਲ, ਅਖੇ ਜੀਉ ਛੁੱਟਿਓ ਜਬ ਦੇਹ ਤੇ, ਜਦੋਂ ਦੇਹ ਤੂੰ ਜੀਉ ਛੁੱਟਿਆ ਵੱਖਰਾ ਹੋਇਆ, ਡਾਰ ਅਗਨ ਮੈਂ ਦਿੰਦਾ। ਉਹ ਵੀ ਵਫ਼ਾਦਾਰ ਨਾ ਨਿਕਲੇ, ਜੀ ਛੁੱਟਿਓ ਜਬ ਦੇਹ ਤੇ ਡਾਰ ਅਗਨ ਮੈਂ ਦਿੰਦਾ। ਇੱਥੋਂ ਤੱਕ ਉਹ ਹਿਸਟਰੀ ਆਖੀ ਜਿਹੜੀ ਪਿਆਰ ਦੀਆਂ ਗੰਢਾਂ ਪ੍ਰੇਮ ਦੇ ਇਜ਼ਹਾਰ ਕਰਨ ਵਾਲੇ ਲੋਕ ਵਫ਼ਾਦਾਰ ਨਾ ਨਿਕਲੇ। ਹੁਣ ਇੱਥੇ ਇਹੀ ਬਾਰੀਕੀ ਹੈ ਗੁਰਬਾਣੀ ਵਿੱਚ, ਅਗਲੀ ਲਾਈਨ ਜਿਹੜੀ ਹੈ ਉਹਦੇ ਵਿੱਚ ਇੱਕ ਹੋਰ ਸ਼ੰਕਾ ਖੜਾ ਕਰ ਦਿੱਤਾ ਜਿਹਨੇ ਸਪਸ਼ਟ ਕਰਨਾ ਹੈ ਮਨੁੱਖ ਦੇ ਆਉਣ ਵਾਲੇ ਸਮੇਂ ਨੂੰ ਕਰ ਦਿੱਤਾ। ਕਹਿਣ ਲੱਗੇ ਜੀਵ ਲੋ ਵਿਵਹਾਰ ਹੈ ਜਗ ਕੋ ਤੁਮ ਜਾਣੋ, ਲੋ ਆ ਇੱਕ ਲਫ਼ਜ਼ ਸਮਝਣ ਵਾਲਾ ਹੈ, ਕਿਉਂਕਿ ਜੇ ਅਸੀਂ ਪਹਿਲੀਆਂ ਗੱਲਾਂ ਤੇ ਸਿਰਫ ਉਨੀਆਂ ਗੱਲਾਂ ਨੂੰ ਹੀ ਉੱਥੇ ਵੱਖਰਾ ਕਰਕੇ ਵਾਚ ਲਵਾਂਗੇ, ਇਸ ਗੱਲ ਨੂੰ ਫੈਸਲੇ ਨੂੰ ਨਾਲ ਨਹੀਂ ਵਰਚਾਂਗੇ ਤਾਂ ਭੁਲੇਖਾ ਪੈ ਜਾਏਗਾ। ਉੱਥੇ ਆਇਆ ਹੈ ਮਾਤ ਪਿਤਾ ਤਾਣੀ ਵੀ ਤੇਰਾ ਨਹੀਂ, ਤਾਣੀ ਵੀ ਤੇਰੇ, ਮਨੁੱਖ ਤਨ ਨੂੰ ਸੰਭਾਲੇਗਾ। ਹੁਣ ਆਪਾਂ ਕਹੀਏ ਵੀ ਤਨ ਨੂੰ ਸੰਭਾਲਣਾ ਨਹੀਂ ਤਾਂ ਇਹ ਗੱਲ ਹੋ ਸਕਦੀ ਹੈ, ਜ਼ਰਾ ਰੋਗੀ ਹੋਵੇ, ਜ਼ਰਾ ਆਲਸ ਪਵੇ, ਡਾਕਟਰ ਕੋਲ ਜਾਈਦਾ, ਕੋਈ ਇੰਜੈਕਸ਼ਨ ਲਵਾਈਦਾ ਤਾਂ ਕਿ ਤਨ ਰਿਸ਼ਟ ਪੁਸ਼ਟ ਰਹੇ, ਚੰਗੀ ਖੁਰਾਕ ਖਾਈਦੀ ਹੈ ਤਾਂ ਕਿ ਅਸੀਂ, ਬਲਕਿ ਮੈਂ ਤਾਂ ਬਜ਼ੁਰਗਾਂ ਕੋਲੋਂ ਇਹ ਕਹਿੰਦਾ ਸੁਣਿਆ ਗਿਆ ਕਿ ਮਹਾਰਾਜ ਜੇ ਆਪਣੇ ਕੋਲ ਵੀ ਬੁਲਾਵੇ ਤਾਂ ਨੈਣ ਪ੍ਰਾਣ ਚੱਲਦਿਆਂ ਵਿੱਚ ਬੁਲਾਈ, ਕਿਉਂਕਿ ਮਨੁੱਖ ਚਾਹੁੰਦਾ ਵੀ ਮੇਰਾ ਸਰੀਰ ਕਮਜ਼ੋਰ ਨਾ ਪਵੇ। ਜਿਸ ਤਨ ਲਈ ਤੂੰ ਇੰਨੀਆਂ ਸ਼ੁਭ ਇੱਛਾਵਾਂ ਰੱਖਦਾ ਸੀ ਕਿ ਜੇ ਗੁਰੂ ਭਲਾ ਇਹ ਗੱਲ ਆਖਦਾ ਹੋਵੇ ਕਿ ਭਲਿਆ ਜੋ ਤਨ ਉਪਜਿਆ ਸੋ ਸੰਗ ਹੀ, ਸੋ ਵੀ ਸੰਗ ਨਾ ਹੋਇਆ, ਇਹਦੇ ਤੋਂ ਨਿਰਾਸ਼ ਹੋ ਕੇ ਮੁਨਕਰ ਹੋ ਜਾ, ਤਾਂ ਇਹਦਾ ਮਤਲਬ ਤੂੰ ਤਨ ਨੂੰ ਨਾ ਪਾਲੇ, ਸੁਨਾ ਸੰਭਾਲੇ, ਨਹੀਂ ਇਹ ਵੀ ਨਹੀਂ ਹੋ ਸਕਦਾ। ਇਸੇ ਤਰ੍ਹਾਂ ਅਗਲੀ ਲਾਈਨ ਹੈ, ਮੈਨੂੰ ਸੁਭਾਅ ਹੈ ਅਸੀਂ ਗੁਰਬਾਣੀ ਨੂੰ ਬੜੀ ਬਰੀਕੀ ਨਾਲ ਸਮਝਣਾ। ਅਗਲੀ ਲਾਈਨ ਹੈ
ਕਿ ਮਾਤ ਪਿਤਾ ਸੁੱਤ ਬੰਧ ਜਾਣੇ ਹਿੱਤ ਜਾਸਿਓ ਕੀ ਨਾ, ਜਿਨ੍ਹਾਂ ਨਾਲ ਤੂੰ ਸਾਰੀ ਜ਼ਿੰਦਗੀ ਪਿਆਰ ਦੀਆਂ ਗਲਵਕੜੀਆਂ ਪਾਈਆਂ, ਜਿਨ੍ਹਾਂ ਦੀ ਗੋਦੀ ਵਿੱਚ ਬੈਠਾ, ਜਿਨ੍ਹਾਂ ਨੇ ਤੈਨੂੰ ਗਲਵਕੜੀਆਂ ਪਾਈਆਂ, ਉਹ ਸਨ ਮਾਤਾ ਪਿਤਾ। ਪੁੱਤਰ ਜਿਨ੍ਹਾਂ ਨੂੰ ਤੂੰ ਗਲਵਕੜੀਆਂ ਪਾਈਆਂ। ਬੰਧ ਜਾਣੇ ਬੰਧਪ ਮਿੱਤਰ ਦੋਸਤ, ਜਿਹੜੇ ਤੇਰੇ ਜੀਵਨ ਦੀ ਰੌਣਕ ਸਨ, ਜਿਨ੍ਹਾਂ ਨੇ ਸਾਰਾ ਜੀਵਨ ਤੇਰੇ ਨਾਲ ਗੁਜ਼ਾਰਨ ਦੇ ਵਾਅਦੇ ਕੀਤੇ ਸਨ, ਹਿੱਤ ਜਾਸਿਓ ਕੀ ਨਾ। ਪਰ ਜਬ ਜੀ ਜੀ ਛੁੱਟਿਓ ਜਬ ਦੇਹ ਤੇ, ਜਦੋਂ ਜੀਉ ਅਤੇ ਦੇਹ ਵੱਖ ਵੱਖ ਹੋਈ, ਭਾਵ ਤੈਨੂੰ ਮੌਤ ਦੀ ਗ੍ਰਿਫਤ ਵਿੱਚ ਦੇਖਿਆ, ਤਾਂ ਉਹ ਮਾਤਾ ਪਿਤਾ ਸਤਿਗੁਰੂ ਨੂੰ ਬਾਣੀ ਵਿੱਚ ਆਖਿਆ, ਕਹਿੰਦੇ ਨੇ ਕਾਈ ਕੀ ਮਾਈ ਕਾਂਕੋ ਬਾਪ, ਕਾਂਕੀ ਮਾਈ ਕਾਂਕੋ ਬਾਪ, ਨਾਮ ਧਰੀ ਝੂਠੇ ਸਭ ਸਾਖ। ਕਿਉਂਕਿ ਦੋਨੋਂ ਪੱਖ ਨਾਲ ਨਾਲ ਸਮਝਾਂਗੇ ਤਾਂ ਗਲਤੀ ਨਹੀਂ ਕਰਾਂਗੇ। ਹੁਣ ਇੱਥੇ ਵੀ ਆਖ ਰਹੇ ਨੇ ਵੀ ਮਾਤਾ ਪਿਤਾ ਕਾਹਦੇ ਮਾਤਾ ਪਿਤਾ ਨੇ, ਇਹ ਤਾਂ ਨਾਮ ਤਰੀਕ ਝੂਠੇ ਸਾਖ ਨੇ। ਜਬ ਲਗ ਤੇਲ ਦੀਵੇ ਮੁੱਖ ਬਾਤੀ, ਤਬ ਸੂਝੇ ਸਭ ਕੋਈ, ਤੇਲ ਜਲਾ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ, ਰੇ ਬੌਰੇ ਤੋਏ ਘਰੀ ਨਾ ਰੱਖੇ ਕੋਈ, ਤੂੰ ਰਾਮ ਨਾਮ ਜਪ ਸੋਈ, ਕਾਕੀ ਮਾਤ ਪਿਤਾ ਕਹੋ ਕਾਕੋ। ਇੱਥੇ ਵੀ ਮਾਤਾ ਪਿਤਾ ਦੇ ਰਹਿਣਾ ਆ ਗਿਆ। ਕੌਣ ਪੁਰਖ ਕੀ ਜੋਈ, ਘਰਵਾਲੀ ਜੀਵਨ ਸਾਥਣ, ਇਹਦਾ ਮਤਲਬ ਇਹਨਾਂ ਨੂੰ ਛੱਡ ਦਿਓ, ਇਹਨਾਂ ਤੋਂ ਨਿਰਾਸ਼ ਹੋ ਜਾਓ। ਭਲਾ ਸੋਚਿਓ, ਜੇ ਇਹ ਗੱਲ ਹੋਵੇ ਤਾਂ ਫਿਰ ਆਖਰ ਇਹ ਸਾਰੇ ਰਿਸ਼ਤੇ, ਇੱਕ ਪਾਸੇ ਗੁਰੂ ਬਾਰ ਬਾਰ ਆਖ ਰਹੇ ਨੇ ਤੂੰ ਸੰਸਾਰ ਅੰਦਰ ਹਰ ਰਿਸ਼ਤੇ ਦਾ ਫਰਜ਼ ਨਿਭਾਉਣਾ ਹੈ, ਆਪ ਵੀ ਨਿਭਾਇਆ ਹੈ, ਨਿਰਾਸ਼ ਨਹੀਂ। ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਇੱਕ ਲਾਈਨ ਦੇ ਇੱਕ ਲਫ਼ਜ਼ ਵਿੱਚ ਹੈ, ਜਿਹੜਾ ਸਮਝਣਾ। ਇਹ ਸਾਰੀ ਗਿਣਤੀ ਕਰਕੇ ਨਾ, ਮਾਤ ਪਿਤਾ ਸੁੱਤ ਬੰਧ ਜਾਣ ਹਿੱਤ ਜਾਸਿਓ ਕੀ ਨਾ, ਜੀ ਛੁੱਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ, ਉਹਨਾਂ ਹੀ ਮੈਨੂੰ ਅੱਗ ਵਿੱਚ ਪਾ ਦਿੱਤਾ। ਇਹਦਾ ਮਤਲਬ ਇੰਨੇ ਬੇਵਫਾ ਨਿਕਲੇ, ਜਿਨ੍ਹਾਂ ਦੀ ਬੇਵਫਾਈ 'ਤੇ ਤੈਨੂੰ ਜੇ ਯਕੀਨ ਆ ਜਾਏ ਤਾਂ ਇਹਦਾ ਮਤਲਬ ਤੂੰ ਇਹ ਸੰਬੰਧ ਤੋੜ ਲੈ, ਤੋੜ ਲੈ। ਹੁਣ ਅਗਲੀ ਲਾਈਨ ਜਿਹੜੀ ਹੈ ਉਹਦਾ ਇੱਕ ਲਫ਼ਜ਼ ਜ਼ਰਾ ਬੜੇ ਧਿਆਨ ਨਾਲ ਵਾਚੀ, ਉੱਤੇ ਇੱਕ ਲਫ਼ਜ਼ ਨਹੀਂ। ਜੀਵ ਦਿਲੋ ਵਿਵਹਾਰ ਹੈ ਜੱਗ ਕੋ ਤੁਮ ਜਾਣੋ, ਕਹਿਣ ਲੱਗੇ ਜਿਸ ਸੰਸਾਰ ਵਿੱਚ ਆਏ, ਜਿਸ ਦੁਨੀਆਂ ਵਿੱਚ, ਜਿਸ ਜੱਗ ਵਿੱਚ ਰਹਿ ਰਿਹਾ, ਇੱਥੋਂ ਦਾ ਇੱਕ ਨਿਯਮ ਹੈ, ਨਿਯਮ ਹੈ। ਅਤੇ ਉਹ ਨਿਯਮ ਕੀ ਹੈ ਕਿ ਜੀਵਤ ਲੋ ਵਿਵਹਾਰ ਹੈ। ਇਹ ਜਿਉਂਦਿਆਂ ਤੱਕ ਸਾਰੇ ਰਿਸ਼ਤੇ ਦੇਣ, ਇਹ ਸਾਰੇ ਦਿਨ ਹਿੱਤ ਜਿਹੜੇ ਨੇ ਜਿਉਂਦਿਆਂ ਤੱਕ ਨੇ, ਮਰਨ ਤੋਂ ਬਾਅਦ ਤਾਂ ਫਿਰ ਉਹ ਆਖਣ ਲੱਗ ਪੈਂਦੇ ਨੇ ਇਹਦਾ ਮੂੰਹ ਹੁਣ ਡਰਾਉਣਾ ਹੋ ਗਿਆ,
ਹੁਣ ਇਹਦਾ ਮੂੰਹ ਦੇਖਿਆ ਨਹੀਂ ਜਾ ਸਕਦਾ, ਡਰਾਉਣਾ ਹੋ ਗਿਆ। ਗੁਰੂ ਕਹਿੰਦੇ ਨੇ ਜੀਵਿਤ ਲਓ ਵਿਵਹਾਰ ਹੈ, ਜਿੰਨੀ ਦੇਰ ਆਹ ਨਾਲ ਸਮਝਾਂਗੇ ਨਹੀਂ, ਵੀ ਜਿੰਨੀ ਦੇਰ ਤੂੰ ਜਿਉਣਾ ਹੈ ਉਨੀ ਦੇਰ ਇਹ ਸਾਰੇ ਵਿਵਹਾਰ ਤੇਰੇ ਨਾਲ ਨੇ। ਜਾ ਕੋ ਤੁਮ ਜਾਣੋ, ਸੰਸਾਰ ਵਿੱਚ ਰਹਿ ਲੈ, ਰਹਿ ਰਹੇ ਹੈ ਸੰਸਾਰ ਦਾ ਇਹ ਸੁਭਾਅ, ਸੰਸਾਰ ਦਾ ਇਹ ਨਿਯਮ ਪੱਲੇ ਬੰਨ ਲੈ, ਰਹਿ ਸੰਸਾਰ ਵਿੱਚ, ਮਾਤਾ ਪਿਤਾ ਨੂੰ ਸੰਭਾਲ, ਮਾਤਾ ਪਿਤਾ ਦੀ ਗੋਦ ਵਿੱਚ ਬਹਿ। ਪਰ ਤੈਨੂੰ ਇਹ ਪਤਾ ਹੋਵੇ ਇਸ ਮਾਤਾ ਪਿਤਾ ਦੀ ਗੋਦ ਤੇਰੇ ਜੀਵਤ ਲਓ ਤੱਕ ਹੈ। ਸਤਿਕਾਰ ਕਰ, ਕਹਿਣ ਲੱਗੇ ਜੀਵਤ ਲਓ ਸਭ ਕੁਝ ਹੈ, ਅਤੇ ਜੀਵਨ ਤੋਂ ਬਾਅਦ ਦੀ ਕਿਸੇ ਗੱਲ ਭਾਵੇਂ ਮੁਕਤੀ ਹੋਵੇ ਅਤੇ ਭਾਵੇਂ ਜੁਗਤੀ ਹੋਵੇ, ਭਾਵੇਂ ਕੋਈ ਰਿਸ਼ਤਾ ਹੋਵੇ, ਉਹਨਾਂ 'ਤੇ ਭਰੋਸਾ ਨਾ ਰੱਖ। ਮਰਨ ਤੋਂ ਬਾਅਦ ਕੋਈ ਰਿਸ਼ਤਾ ਨਹੀਂ, ਸਾਰੇ ਰਿਸ਼ਤੇ ਟੁੱਟ ਜਾਣੇ ਨੇ। ਕਿੱਡੀ ਅਜੀਬ ਗੱਲ ਹੈ, ਅਸੀਂ ਇਸ ਭੁਲੇਖੇ ਵਿੱਚ ਹੁਣ ਤੱਕ ਪੈ ਰਹੇ ਹਾਂ ਕਿ ਭਾਵੇਂ ਜਿਉਂਦਿਆਂ ਮਾਤਾ ਪਿਤਾ ਨੂੰ ਨਾ ਸੰਭਾਲੀਏ, ਜਦੋਂ ਉਹ ਮਾਤਾ ਪਿਤਾ ਚਲੇ ਜਾਣ ਫਿਰ ਉਹਨਾਂ ਦੇ ਮਗਤ ਰੋਟੀਆਂ ਪਕਾ ਪਕਾ ਕੇ ਭੇਜਾਂਗੇ ਅਤੇ ਆਖਾਂਗੇ ਹੁਣ ਅਸੀਂ ਸ਼ਰਾਧ ਕਰ ਰਹੇ ਹਾਂ। ਇਸ ਗੱਲ ਵਿੱਚੋਂ ਸ਼ਰਾਧਾਂ ਦਾ ਇੱਕ ਭਰਮ ਖਤਮ ਹੁੰਦਾ ਹੈ। ਕਹਿਣ ਲੱਗੇ ਉਹ ਭਲਿਆ ਇੱਕ ਗੱਲ ਦਾ ਖਿਆਲ ਰੱਖੀ, ਜੇ ਸੇਵਾ ਕਰਨੀ ਹੈ ਮਾਤਾ ਪਿਤਾ ਦੀ ਜਿਉਂਦਿਆਂ ਕਰ ਲੈ, ਇਹ ਜੀਵਤ ਲਿਆ ਵਿਵਹਾਰ ਹੈ। ਜਕਲ ਤੁਮ ਜਾਣੋ, ਉਹ ਕਿ ਜੇ ਸੰਸਾਰ ਵਿੱਚ ਰਹਿਣਾ ਤਾਂ ਸੰਸਾਰ ਦੇ ਨਿਯਮ ਸੰਭਾਲ ਲੈ, ਕਿ ਜੋ ਕੁਛ ਕਰਨਾ ਇੱਥੇ ਹੀ ਕਰ ਲੈ। ਉਹਨਾਂ ਦੇ ਜਾਣ ਤੋਂ ਬਾਅਦ ਜੇ ਤੂੰ ਆਖੇ ਕਿਸੇ ਸ਼ਰਾਧ ਨਾਲ ਉੱਥੇ ਰੋਟੀਆਂ ਪਹੁੰਚਾ ਦਿਆਂਗਾ, ਨਹੀਂ ਪਹੁੰਚਣੀਆਂ। ਜੇ ਉਹਨਾਂ ਤੋਂ ਬਾਅਦ ਕੱਪੜੇ ਭੇਜ ਦੇਗਾ ਜਾਂ ਅਰਦਾਸਾਂ ਕਰ ਦੇਗਾ ਅਤੇ ਉਹਨਾਂ ਅਰਦਾਸਾਂ ਨਾਲ ਦਾ ਫਲ ਉਹਨਾਂ ਕੋਲ ਪਹੁੰਚ ਜਾਏਗਾ, ਕਿਸੇ ਪਾਠ ਦਾ ਫਲ ਉਹਨਾਂ ਕੋਲ ਪਹੁੰਚ। ਇਹ ਸਾਰਾ ਇੱਕ ਭਰਮ ਹੈ ਜਿਹੜਾ ਇੱਕ ਲਫਜ਼ ਨਾਲ ਗੁਰੂ ਨੇ ਮਿਟਾ ਦਿੱਤਾ ਹੈ ਕਿ ਸੰਸਾਰ ਦਾ ਇੱਕ ਨਿਯਮ ਹੈ ਕਿ ਜੀਵਤ ਲਓ ਵਿਵਹਾਰ ਹੈ, ਜੋ ਕੁਛ ਹੈ ਉਹ ਜਿਉਂਦੇ ਹੈ। ਇਸ ਲਈ ਹਿਸਾਬ ਵੀ ਕਿਉਂ ਕਹਿ ਦਿੱਤਾ ਬਾਬਾ ਕਬੀਰ ਜੀ ਨੇ, ਕਹਿਣ ਲੱਗੇ ਮੈਂ ਨਹੀਂ ਚਾਹੁੰਦਾ ਆਪ ਕੀ ਵਾਰ ਬਖਸ਼ ਜਾਂਦੇ ਕੋ ਬਾਹਰ ਨਾ ਭਵਜਲ ਫੇਰਾ, ਮੈਨੂੰ ਇੱਥੇ ਹੀ ਜੇ ਹਿਸਾਬ ਕਰ ਲੈ, ਮੈਂ ਅਗਲੇ ਕਿਸੇ ਹਿਸਾਬ ਵਿੱਚ ਨਹੀਂ ਪੈਣਾ ਚਾਹੁੰਦਾ। ਪਰ ਬ੍ਰਹਮਨਿਜ਼ਮ ਨੇ ਸਾਨੂੰ ਅਗਲੇ ਹਿਸਾਬ ਵਿੱਚ ਪਾ ਦਿੱਤਾ, ਲਓ ਹੋਰ ਕੋਈ ਦੂਰੀ ਨਹੀਂ। ਗੁਰੂ ਬ੍ਰਹਮਣ ਦੇ ਖਿਲਾਫ ਨਹੀਂ ਬਲਕਿ ਆਖ ਰਿਹਾ ਹੈ, ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਹਮਣ ਕਹੀਏ ਤਾਂ ਹੈ ਹਮਾਰੇ। ਇਸ ਗੱਲ ਤੋਂ ਪਿੱਛੇ ਨਹੀਂ ਹਟਦਾ, ਸਿਰਫ ਇੱਕੋ ਹੀ ਗੱਲ ਹੈ ਕਿ ਦੁਨੀਆ ਨੂੰ ਮੈਂ ਪਿਛਲੇ ਦਿਨਾਂ 'ਚ ਵੀ ਕਿਹਾ ਸੀ ਉਧਾਰ ਧਰਮ ਦੇ ਰਿਹਾ ਹੈ ਕਿ ਮਰਨ ਤੋਂ ਬਾਅਦ ਮਿਲ ਜਾਏਗਾ, ਜਿਹੜਾ ਕੁਝ ਤੈਨੂੰ ਹੁਣ ਨਹੀਂ ਕੀਤਾ ਗਏ ਜਾ ਸਕਿਆ ਮਰਨ ਤੋਂ ਬਾਅਦ ਹੋ। ਅਤੇ ਗੁਰੂ ਕਹਿੰਦੇ ਨਹੀਂ ਜੀਵਿਤ ਲਓ ਵਿਵਹਾਰ ਹੈ, ਜਗ ਤੋਂ ਤੁਮ ਜਾਣੋ, ਇਹ ਜਗ ਦਾ ਜਿਹੜਾ ਵਿਵਹਾਰ ਹੈ ਨਾ ਸਾਰਾ ਉਹ ਜਿਉਂਦਿਆਂ ਦਾ ਹੈ, ਮਰਨ ਤੋਂ ਬਾਅਦ ਕੁਝ ਨਹੀਂ ਜੇ ਜਾਣਾ, ਨਾ ਕਿਸੇ ਨੇ ਭੇਜ ਸਕਣਾ, ਨਾ ਤੂੰ ਨਾਲ ਲੈ ਕੇ ਜਾਣਾ,
ਤੇਰਾ ਕੁਛ ਵੀ ਜੋ ਕੁਝ ਹੈ ਉਹ ਇੱਥੇ ਦਾ ਇੱਥੇ ਹੀ ਰਹਿ ਜਾਣਾ ਹੈ, ਇਸ ਲਈ ਕਿਉਂਕਿ ਤੂੰ ਹੁਣ ਜਿਉਂਦਾ ਨਹੀਂ ਰਿਹਾ, ਜਦੋਂ ਜਾਣਾ ਹੈ ਉਸ ਤੋਂ ਬਾਅਦ ਤਾਂ ਤੇਰੀ ਜੇਬ ਵਿੱਚੋਂ ਚਾਬੀਆਂ ਵੀ ਉਹਨਾਂ ਲੋਕਾਂ ਨੇ ਕੱਢ ਲੈਣੀਆਂ ਨੇ ਜਿਹੜੇ ਹਿੱਤ ਜਾ ਸਿਓ ਪੀਣਾ। ਮੈਂ ਹੈਰਾਨ ਹੋਇਆ ਜਦੋਂ ਇਹਨਾਂ ਇਸ ਸਾਰੇ ਸ਼ਬਦ ਦੀ ਅਖੀਰ ਦੀ ਲਾਈਨ 'ਤੇ ਇਹ ਆ ਗਿਆ ਕਿ ਜੀਵਤ ਲਓ ਵਿਵਹਾਰ ਹੈ। ਇਹਦਾ ਮਤਲਬ ਵਿਵਹਾਰ ਹੈ, ਵਿਵਹਾਰ ਹੈ ਪਰ ਜੀਵਤ ਹੈ, ਜਿਉਂਦਿਆਂ ਦਾ ਹੈ। ਗੁਰੂ ਕਹਿੰਦੇ ਨੇ ਇਸ ਲਈ ਜਾਗ, ਤੈਨੂੰ ਪਤਾ ਹੋਵੇ ਕਿ ਤੂੰ ਸੁਪਨਾ ਦੇਖ ਰਿਹਾ। ਸੁਪਨੇ ਦਾ ਕੰਮ ਕੀ ਹੁੰਦਾ? ਸੁਪਨੇ ਵਿੱਚ ਮਨੁੱਖ ਬਹੁਤ ਕੁਝ ਬਣਾਉਂਦਾ ਹੈ, ਕਰਦਾ ਹੈ, ਅੱਗੇ ਵੱਧਦਾ ਹੈ, ਪਰ ਜਦੋਂ ਨੀਂਦ ਖੁੱਲ ਜਾਏ, ਜਾਗ ਪਏ, ਨੀਂਦ ਖੁੱਲ ਜਾਏ, ਫਿਰ ਆਖੇ ਵੀ ਮੇਰਾ ਕੰਮ ਕੁਝ ਸੁਪਨੇ 'ਚ ਰਹਿ ਗਿਆ, ਮੈਂ ਕਰ ਆਵਾਂ। ਸੰਸਾਰ ਦਾ ਜਗ ਜੀਵਨ ਐਸਾ ਸੁਪਨੇ ਜੈਸਾ, ਜੀਵ ਜੀਵਨ ਸੁਪਨ ਸਮਾਨ ਹੈ, ਸਾਚ ਕਰ ਹਮ ਗਾਂਠ ਦੇਣੀ। ਮੈਂ ਸਮਝਦਾ ਵੀ ਇਹ ਸੁਪਨੇ ਦਾ ਜੀਵਨ ਖੋਰੇ ਮੈਂ ਨਾਲ ਵੀ ਲੈ ਜਾਵਾਂਗਾ, ਜਦੋਂ ਮਰਜ਼ੀ ਸਵਾਰ ਲੈਂਗਾ, ਇੱਥੇ ਨਹੀਂ ਸਵਾਰ ਸਕਿਆ ਤਾਂ ਬਾਅਦ ਵਿੱਚ ਸਵਾਰ ਲੈਂਗਾ। ਗੁਰੂ ਕਹਿੰਦੇ ਨੇ ਨਹੀਂ, ਇਹ ਜਿਉਂਦਿਆਂ ਦਾ ਹੀ ਕੰਮ ਹੈ, ਜੇ ਇੱਥੇ ਹੀ ਕੁਝ ਕਰ ਸਕਣਾ ਤਾਂ ਕਰ ਲਿਆ, ਇਸ ਤੋਂ ਬਾਅਦ ਤੇਰੇ ਕੋਲੋਂ ਕੁਝ ਨਹੀਂ ਹੋਣਾ। ਕਹਿਣ ਲੱਗੇ ਜੀਵਤ ਲਾ ਵਿਵਹਾਰ ਹੈ, ਜਗ ਕਾ ਤੁਮ ਜਾਨੋ, ਰਾਜਨ ਕਿਉਂ ਸੋਇਆ ਤੂੰ ਨੀਂਦ ਭਰੇ। ਰਾਜਨ, ਇਹ ਲਫ਼ਜ਼ ਰਾਜਨ ਵੀ ਕਿਉਂ ਵਰਤਿਆ? ਕਿਉਂਕਿ ਗਰੀਬ ਜਾਗੇ ਨਾ ਜਾਗੇ, ਤੁਸੀਂ ਆਮ ਦੇਖਦੇ ਹੋ ਗਰੀਬਾਂ ਦੀਆਂ ਝੌਂਪੜੀਆਂ ਨੂੰ ਕੁੱਖ ਤਾਲੇ ਨਹੀਂ ਲੱਗੇ ਹੁੰਦੇ, ਖਿੜਕ ਵੀ ਨਹੀਂ ਲੱਗੇ ਹੁੰਦੇ, ਬੇਫਿਕਰੀ ਦੀ ਨੀਂਦ ਸੌ ਜਾਂਦਾ ਹੈ, ਉਹਨੂੰ ਚੋਰ ਦਾ ਡਰ ਨਹੀਂ ਹੁੰਦਾ। ਕਿਉਂ? ਕਿਉਂਕਿ ਉਹਦੇ ਕੋਲ ਹੀ ਕੁਝ ਨਹੀਂ, ਗਰੀਬ ਹੈ, ਉਹਦੇ ਕੋਲ ਕੁਝ ਨਹੀਂ। ਪਰ ਜਿਹੜਾ ਬਾਦਸ਼ਾਹ ਹੋਵੇ, ਰਾਜਾ ਹੋਵੇ, ਉਹਦੇ ਕੋਲ ਖਜ਼ਾਨੇ ਹੋਣ, ਉਹ ਤਾਂ ਦਰਵਾਜ਼ੇ ਵੀ ਮਜ਼ਬੂਤ ਕਰਦਾ ਹੈ, ਤਾਲੇ ਵੀ ਮਜ਼ਬੂਤ ਕਰਦਾ ਹੈ, ਅਤੇ ਵਫ਼ਾਦਾਰ ਸਿਪਾਹੀ ਵੀ ਆਪਣੇ ਦਰਵਾਜ਼ਿਆਂ 'ਤੇ ਖੜ੍ਹੇ ਕਰਦਾ ਹੈ ਪਹਿਰੇਦਾਰ। ਅਤੇ ਗੁਰੂ ਕਹਿੰਦੇ ਨੇ ਭਲਿਆ, ਤੂੰ ਗਰੀਬ ਨਹੀਂ, ਤੈਨੂੰ ਪਤਾ ਹੀ ਨਹੀਂ ਤੇਰੇ ਘਰ ਵਿੱਚ ਕੀ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨ ਮੋਰ, ਭਰੇ ਭੰਡਾਰ ਅਖੂਟ ਅਤੋਰ। ਤੇਰੇ ਕੋਲ ਤਾਂ ਸਿਧਾਂਤ ਦਾ, ਗੁਰਮਤ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਥਾਲ ਵਿੱਚ ਪਰੋਸਿਆ ਹੋਇਆ ਇੰਨਾ ਵੱਡਾ ਖਜ਼ਾਨਾ ਹੈ, ਤੂੰ ਕਿਵੇਂ ਬੇਫਿਕਰੀ ਦੀ ਨੀਂਦ ਸੁੱਤਾ ਹੈ?
ਅੱਜ ਤਾਂ ਤੇਰੇ ਜਿਨ੍ਹਾਂ 'ਤੇ ਤੂੰ ਭਰੋਸਾ ਰੱਖਣਾ ਹੈ ਉਹ ਸਿਪਾਹੀ ਦਰਵਾਜ਼ੇ 'ਤੇ ਖਲੋਤੇ ਪਹਿਰੇਦਾਰ ਵੀ ਬੇਵਫਾ ਹੋ ਰਹੇ ਨੇ। ਵਫਾਦਾਰੀ ਉਹਨਾਂ ਦੀ ਵਫਾਦਾਰੀ ਤੋਂ ਹੀ ਤੂੰ ਭਰੋਸਾ ਨਹੀਂ ਕਰ ਸਕਦਾ, ਪਰ ਤੂੰ ਆਪ ਨਹੀਂ ਜਾਗ ਰਿਹਾ। ਮੈਂ ਕਈ ਵਾਰ ਅਰਜ਼ ਕਰਨਾ, ਜੇ ਪਹਿਰੇਦਾਰ ਵਫਾਦਾਰ ਵੀ ਹੋਵੇ ਤਾਂ ਸਿਰਫ ਉਹ ਜਾਗਦੇ ਰਹੋ ਹੀ ਕਹਿ ਸਕਦਾ। ਅਤੇ ਕਿਉਂ ਕਹਿੰਦਾ? ਆਪ ਹੀ ਚੋਰਾਂ ਨਾਲ ਦੋ ਹੱਥ ਕਰ ਲਵੇ। ਉਹਨੂੰ ਪਤਾ ਮੈਂ ਚੋਰਾਂ ਕੋਲੋਂ ਇਹਦਾ ਘਰ ਨਹੀਂ ਬਚਾ ਸਕਦਾ, ਬਚਾਉਣਾ ਘਰ ਇੰਨਾ ਹੀ ਹੈ, ਮੈਂ ਇਹਨੂੰ ਜਗਾ ਸਕਦਾ। ਬਸ ਇੱਕ ਖਿਆਲ ਕਰਿਓ, ਗੁਰੂ ਪਹਿਰੇਦਾਰ ਹੈ, ਉਹ ਕਹਿੰਦਾ ਜਾਗ ਲਿਓ ਰੇ ਮਣਾ ਜਾਗ ਲਿਓ, ਉਹ ਜਗਾ ਰਿਹਾ। ਪਰ ਇੱਕ ਖਿਆਲ ਕਰ ਲਈ, ਸਤਿਗੁਰੂ ਆਖ ਰਹੇ ਨੇ ਸਗਲ ਸਹੇਲੀ ਆਪਣੇ ਰਸਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੂਸਨਹਾਰ ਪੰਚ ਬਟਵਾਰੇ ਸੋਨੇ ਮਨਗਰ ਪਰੇ ਠੱਗ ਹਾਰੇ। ਹਰ ਕੋਈ ਸੁੱਤਾ ਪਿਆ, ਸਭ ਮਦਮਾਤੇ ਕੋਉ ਨਾ ਜਾਗ, ਸੰਗ ਹੀ ਚੋਰ ਘਰ ਮੂਸਨ ਲਾਗ। ਪਰ ਗੁਰੂ ਕਹਿੰਦੇ ਨੇ ਭਲਿਆ, ਉਹਨਾਂ ਚੋਰਾਂ ਦਾ ਤਾਂ ਆਪਣਾ ਸੁਭਾਅ ਹੈ, ਪਹਿਰੇਦਾਰ ਨੇ ਆਪਣਾ ਨਿਯਮ ਅਤੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਤੈਨੂੰ ਜਾਗਣ ਦੀ ਆਵਾਜ਼ ਵੀ ਦੇ ਦਿੱਤੀ ਹੈ, ਪਰ ਘਰ ਬਚਾਉਣਾ ਤੂੰ ਆਪ ਜਾਗ ਕੇ ਹੈ। ਇਸ ਲਈ ਇੱਕ ਆਵਾਜ਼ ਦਿੱਤੀ ਨੇ, ਕਹਿੰਦੇ ਨੇ ਤੇਰੇ ਘਰ ਵਿੱਚ ਸਭ ਕੁਝ ਹੈ, ਤੂੰ ਗਰੀਬ ਨਹੀਂ। ਇਸ ਲਈ ਇੱਕ ਖਿਆਲ ਕਰੀ, ਰਾਜਨ ਕਿਉਂ ਸੋਇਆ, ਰਾਜਨ ਕਿਉਂ ਸੋਇਆ ਤੂੰ ਨੀਂਦ ਭਰੇ, ਜਾਗਤ ਕਤ ਨਹੀਂ ਰਾਵ। ਕਿਉਂ ਜਾਗਦਾ ਨਹੀਂ? ਜੇ ਨਹੀਂ ਜਾਗੇਗਾ ਤੇ ਇੱਕ ਖਿਆਲ ਕਰੀ, ਨਰਪਤੇ ਇੱਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਛੜਤ ਦੁੱਖ ਪਾਇਆ, ਸੋਗਾ ਤੇ ਭਈ ਹਮਾਰੀ। ਗੁਰੂ ਸਾਨੂੰ ਜਗਾ ਰਿਹਾ ਹੈ, ਪਹਿਰੇਦਾਰ ਵਾਂਗੂ ਆਵਾਜ਼ ਦੇ ਰਿਹਾ, ਭਲਿਆ ਆਪਣਾ ਘਰ ਤਾਂ ਉਹੋ ਹੀ ਬਚਾ ਸਕੇਗਾ ਜਿਹੜਾ ਆਪ ਜਾਗੇਗਾ। ਮੇਰਾ ਕੰਮ ਹੈ ਕੇਵਲ ਜਾਗਦੇ ਰਹੋ, ਜਾਗਦੇ ਰਹੋ, ਆਵਾਜ਼ ਦੇਣਾ। ਅਤੇ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਦਿੰਦੇ ਨੇ, ਅਤੇ ਨਿਰੀ ਆਵਾਜ਼ ਨਹੀਂ ਦਿੰਦੇ, ਨਾਲ ਸਮਝਾ ਰਹੇ ਨੇ। ਕਹਿੰਦੇ ਨੇ ਭਲਿਆ ਇੱਕ ਖਿਆਲ ਕਰੀ, ਜੀਵਤ ਲਓ ਵਿਵਹਾਰ ਹੈ, ਜੱਗ ਕੋ ਤੁਮ ਜਾਣੋ। ਦੁਨੀਆ ਅੰਦਰ ਰਹਿ, ਸੰਸਾਰ ਅੰਦਰ ਸਾਂਝ ਵੀ ਪੈਦਾ ਕਰ, ਮਾਤਾ ਪਿਤਾ ਨਾਲ ਆਪਣਾ ਫਰਜ਼ ਨਿਭਾ, ਆਪਣੇ ਬੱਚਿਆਂ ਨਾਲ ਆਪਣਾ ਫਰਜ਼ ਨਿਭਾ, ਆਪਣੇ ਦੋਸਤਾਂ ਨਾਲ ਆਪਣੀ ਜ਼ਿੰਮੇਵਾਰੀ ਨਿਭਾ। ਪਰ ਸਭ ਕੁਝ ਹੁੰਦਿਆਂ ਹੋਇਆਂ ਇੱਕ ਗੱਲ ਦਾ ਖਿਆਲ ਰੱਖੀ, ਇਹ ਸਾਰਾ ਵਿਵਹਾਰ ਜਿਉਂਦਿਆਂ ਦਾ ਹੈ, ਜਿਉਂਦਿਆਂ ਦਾ। ਇਸ ਤੋਂ ਜ਼ਿਆਦਾ ਵਿਸ਼ਵਾਸ ਨਾ ਕਰੀ, ਕਿਸੇ ਐਸੇ ਕੰਮ ਨੂੰ ਨਾ ਛੱਡ ਦੇਈਂ ਕਿ ਜਿਹੜਾ ਸੋਚੇ ਵੀ ਮਰਨ ਤੋਂ ਬਾਅਦ ਮੇਰਾ ਕੋਈ ਹੋਰ ਕਰ ਜਾਏਗਾ। ਪਿਛਲੀ ਵਾਰ ਵੀ ਇੱਕ ਲਫਜ਼ ਆਏ ਸਨ, ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸ਼ਿਤਾਬ ਦੀਵਾਨ ਬੁਲਾਇਆ,
ਅਤੇ ਜਵਾਬ ਅੱਗੇ ਲਫ਼ਜ਼ ਸਨ, ਚੱਲ ਦਰ ਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗੇ ਕਾ ਆਇਆ, ਅਤੇ ਸਵਾਲ ਸੀ ਕਰੋ ਅਰਦਾਸ ਗਾਉਣ ਕਿਛ ਬਾਕੀ, ਮੇਰਾ ਕੁਝ ਕੰਮ ਰਹਿ ਗਿਆ, ਮੈਨੂੰ ਕਰ ਲੈਣ ਦਿਓ। ਪਰ ਬ੍ਰਾਹਮਣ ਤਾਂ ਕਹਿੰਦਾ ਜੇ ਰਹਿ ਗਿਆ ਤਾਂ ਮੁੜ ਕੇ ਸ਼ਰਾਧਾਂ ਰਾਹੀਂ ਕਰਾ ਦਿਆਂਗਾ। ਗੁਰੂ ਕਹਿੰਦਾ ਨਹੀਂ, ਭੁਲੇਖੇ 'ਚ ਨਹੀਂ ਪਾਉਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਭੁਲੇਖੇ ਕੱਢਦੀ ਹੈ, ਭਰਮਾਂ ਤੋਂ ਬਾਹਰ ਕੱਢ ਕੇ ਇੱਕ ਚੇਤਨਤਾ ਉਹ ਜਾਗਰਤੀ ਦਿੰਦੀ ਹੈ, ਜਿਸ ਜਾਗਰਤੀ ਵਿੱਚ ਆਪਣੇ ਦੀ ਅਤੇ ਬੇਗਾਨੇ ਦੀ ਸਮਝ ਆ ਜਾਏ, ਆਪਣੇ ਜੀਵਨ ਦਾ ਅੰਤ, ਆਪਣੀ ਮੰਜ਼ਿਲ ਅਤੇ ਆਪਣਾ ਰਸਤਾ ਮਨੁੱਖ ਆਪ ਪਛਾਣ ਸਕੇ। ਅਤੇ ਗੁਰੂ ਆਖ ਰਹੇ ਨੇ, ਕਹਿੰਦੇ ਨੇ, ਜਾਗਲੀ ਹੋ ਨਾਲ, ਓਨੀ ਦੇਰ ਹਰ ਵਕਤ ਸਾਥ ਦਿੰਦਾ ਜਿੰਨੀ ਦੇਰ ਜਿਉਣਾ ਹੈ। ਮਰਨ ਤੋਂ ਬਾਅਦ ਤਾਂ ਅਗਲਿਆਂ ਨੇ ਤਣ ਚੁੱਕ ਕੇ ਅੱਗ ਵਿੱਚ ਰੱਖ ਦੇਣਾ, ਤੇਰਾ ਪਤਾ ਹੀ ਨਹੀਂ ਕਿੱਥੇ ਗਿਆ ਅਤੇ ਕਿੱਥੋਂ ਆਇਆ ਸੀ। ਗੁਰੂ ਕਹਿੰਦੇ ਨੇ, ਜੋ ਤਨ ਉਪਜਿਆ ਸੰਗ ਹੀ ਸੋਭੀ ਸੰਗ ਨਾ ਹੋਇਆ, ਸੋਭੀ ਸੰਗ ਨਾ ਹੋਇਆ, ਹਿੱਤ ਜਾਸਿਓ ਕੀਨਾ ਤਨ। ਰਿਸ਼ਤੇਦਾਰੀਆਂ, ਮਿੱਤਰ ਦੋਸਤ ਜਿਨ੍ਹਾਂ ਨਾਲ ਤੂੰ ਹਿੱਤ ਕਰਨਾ ਹੈ ਅਤੇ ਉਹ ਵੀ ਤੇਰੇ ਨਾਲ ਕਰਦੇ ਨੇ, ਕੋਈ ਹਰਜ਼ ਨਹੀਂ। ਤੂੰ ਸੰਸਾਰ ਦੀ ਇੱਕ ਮਰਿਆਦਾ ਸਮਝ ਲੈ ਕਿ ਮਰਿਆਦਾ ਇਹ ਹੈ, ਜੀਵਤ ਲਓ ਵਿਵਹਾਰ ਹੈ ਜਗ ਕੋ ਤੁਮ ਜਾਣੋ। ਇੰਨਾ ਕੁ ਭਰੋਸਾ ਰੱਖ, ਜਿਉਂਦਿਆਂ ਆਪਣੇ ਫਰਜ਼ ਪਾਲ,
ਪੁੱਤਰ ਨਾਲ ਵੀ, ਮਾਤਾ ਪਿਤਾ ਨਾਲ ਵੀ, ਪਰ ਇਹ ਨਾ ਆਸ ਰੱਖ ਕੇ ਮਰਨ ਤੋਂ ਬਾਅਦ ਮੈਨੂੰ ਕੋਈ ਕਿਵੇਂ ਮੇਰੇ ਮਗਰ ਪਹੁੰਚਾ ਦੇਵੇਗਾ। ਜੋ ਕੁਝ ਇੱਥੇ ਕਰੇਗਾ ਉਹ ਹੀ ਤੇਰੇ ਨਾਲ ਜਾਏਗਾ। ਬਸ ਇਹ ਗੱਲ ਸਮਝਾ ਕੇ ਮਨੁੱਖ ਨੂੰ ਰਸਤਾ ਦਿਖਾਉਂਦੇ ਨੇ, ਨਿਰਾਸ਼ ਨਹੀਂ ਕਰਦੇ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ ਇਸ ਨਾਲ ਜੁੜਦੀ ਲੜੀ ਵੀ ਜਾਗਦਾ ਕੌਣ ਹੈ, ਜਗਾਉਂਦਾ ਕੌਣ ਹੈ, ਕਿਵੇਂ ਜਾਗਣਾ ਹੈ, ਉਹ ਜਾਗਰਤੀ ਕੀ ਹੈ, ਜਿਸ ਜਾਗਰਤੀ ਲਈ ਗੁਰੂ ਆਵਾਜ਼ ਦੇਦੇ ਹੈ, ਇਹ ਆਪਾਂ ਸਵੇਰ ਦੇ ਸਮਾਗਮ ਵਿੱਚ, ਸਵੇਰ ਦੇ ਦੀਵਾਨ ਵਿੱਚ ਸਮਝਾਂਗੇ। ਆਓ ਫਿਰ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।